इस वेले की वड्डी खबर फिरोजपुर तो सामने आ रही है जिथे मारकुट का मामला सामने आया। तुहानू दस दिंदे फिरोजपुर बस्ती टैंका वाली की गुरु कृपा डेयरी के कुछ अणपछाते व्यक्तियों के वलों डेयरी के कर्मचारी के नाल मारकुट की जाती है। कर्मचारी नूं सिर ते काफ़ी ज़्यादा सट लगी है जिसके कारण उसनूं सिविल हस्पताल दे विच दाखिल करवाया गया जिथे उसका इलाज जारी है। इस पूरे मामले के संबंध में जानकारी देंदे हुए डेयरी के मालिक के वलों दस्सिया गया कि मारकुट करन तो बाद इन अणपछाते व्यक्तियों के वलों गले दे विच रखे हुए पैसे भी चुरा ले गए। तुहानू दस दिंदे सारे पैसे ये मारकुट करने वाले व्यक्ति अपने नाल लै जाते हैं। उधर पुलिस के वलों दसया जा रहा है कि पूरा मारकुट का मामला है जिसते मामला दर्ज करते हुए पुलिस के वलों अगली कार्रवाई शुरू कर दी गई है। तो दोषियों की भाल पुलिस के वलों शुरू कर दी गई है। तो दस देंदे कि जिस तरीके दे नाल गले दे विचों पैसे भी चोरी किए गए हैं ये सब नू देख के अंदाजा लगाया जा सकता है कि वह पूरा मामला जो है लुटखो का मामला दसया जा रहा है। की कहना सी पीड़ित व्यक्ति का अते पुलिस मुलाजिमों का आओ सुनाउंदे आ तुहानू। ਮੇਰਾ ਨਾਮ ਭਾਈ ਰਮਨ ਹੈਗਾ ਜੀ। ਕਿੱਥੇ ਰਹਿਣ ਵਾਲੇ ਹੋ? ਮੈਂ ਗਵਾਲ ਟੋਲੀ ਦਾ ਰਹਿਣ ਵਾਲਾ ਜੀ। ਤੇ ਰਾਤੀ ਕੀ ਵਾਕਿਆ ਹੋਇਆ ਤੁਹਾਡੇ ਨਾਲ? ਭਾਜੀ ਮੈਂ ਆਪਦੀ ਦੁੱਧ ਦੀ ਸਪਲਾਈ ਕਰਕੇ ਜੀ ਆਇਆ ਸੀਗਾ। ਜਸਟ 2 ਮਿੰਟ ਹੀ ਹੋਏ ਸੀਗੇ ਮੈਂ ਕੁਛ ਖਾਣ ਲੱਗਾ ਤੇ ਐਨੇ ਜੀ ਨਾ ਸਾਡੇ ਨਾਲ ਇੱਕ ਮੇਰਾ ਵਰਕਰ ਹੈਗਾ ਔਰ ਵੀਰੂ ਤੇ ਉਹਨੂੰ ਨਾ ਇੱਕੋ ਦਮ ਬੰਦਿਆਂ ਨੇ ਨਾ ਕਲਮਾ ਫੜ ਲਿਆ। ਦੀਵਾਰ ਤੋਂ ਪਰਲੇ ਪਾਸੇ ਉਹ ਢਾਬੇ ਵਾਲੇ ਹੱਥ ਖੜੇ ਹੋਏ ਸੀਗੇ ਬੰਦੇ ਉਹਦਾ ਕਾਲਰ ਫੜਿਆ ਤੇ ਮੈਂ ਅਜੇ ਆਈ ਹਾਂ। ਮੈਂ ਕਿਹਾ ਭਾਜੀ ਕੀ ਗੱਲ ਕੀ ਹੈ ਤੁਸੀਂ ਮੈਨੂੰ ਦੱਸੋ ਕੀ ਗੱਲ ਹੈ। ਇੰਨੇ 'ਚ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੋਈ ਦੱਸਿਆ ਨਹੀਂ ਕੁਛ ਤੇ ਆਉਂਦੇ ਸਾਰ ਦੀ ਮੇਰੇ 'ਚ ਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਆਪਦਾ ਮੂੰਹ ਕਵਰ ਕੀਤਾ ਇੱਕੋ ਦਮ ਤੇ ਇੰਨੇ 'ਚ ਉਹਨੇ ਮੇਰੇ ਚੀਜ਼ ਮਾਰੀ ਕੋਈ ਪਤਾ ਨਹੀਂ ਲੱਗਾ ਉਹਨੇ ਮੇਰੇ ਕੀ ਮਾਰਿਆ। ਉਹਨੇ ਮੇਰੇ ਸਿਰ ਹੀ ਸਿਰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੇਰੇ ਖੂਨ ਨਿਕਲਿਆ ਮੈਂ ਵੇਖਿਆ ਖੂਨ ਨਿਕਲਿਆ ਤੇ ਮੈਂ ਉਹਦੇ ਖੂਨ ਨੂੰ ਵੇਖ ਕੇ ਹੱਥ ਵੇਖਿਆ ਕਵਰ ਮੈਂ ਕਿਹਾ ਖੂਨ ਕਿਵੇਂ ਇੱਕੋ ਦਮ ਨਿਕਲਿਆ। ਪਿੱਛੇ ਨੂੰ ਮੁੜ ਕੇ ਵੇਖਿਆ ਸਾਡੀ ਦੁਕਾਨ ਦੇ ਪੈਸੇ ਪੂਏ ਵਗੈਰਾ ਸਾਰਾ ਕੁਛ ਕੱਢ ਕੇ ਲੈ ਗਏ। ਉਹ ਕਿੰਨੇ ਜਾਣੇ ਸੀਗੇ? ਉਹ ਘੱਟੋ ਘੱਟ 3 ਤੋਂ 4 ਜਣੇ ਦੇ ਵਿੱਚ ਵਿੱਚ ਸੀਗੇ। ਕਿੰਨੇ ਤੇ ਆਏ ਸੀ? ਇੰਨਾ ਤਾਂ ਮੇਰੇ ਨਿਗਾਹ 'ਚ ਨਹੀਂ ਸੀਗਾ। ਕੋਈ ਮੋਟਰਸਾਈਕਲ, ਕੋਈ ਕਾਰ, ਕੋਈ ਸਕੂਟਰ? ਮੈਂ ਸਰ ਵਹੀਕਲ ਦਾ ਮੈਂ ਨਿਗਾਹ 'ਚ ਨਹੀਂ ਮੈਂ ਕਿਉਂਕਿ ਅੱਜ ਸਪਲਾਈ ਕਰਕੇ ਜਿਵੇਂ ਦੁੱਧ ਦੀ ਮੋਟਰਸਾਈਕਲ ਉਤਰਿਆ ਮੈਂ ਸਿੱਧਾ ਅੰਦਰ ਚਲਾ ਗਿਆ। ਮੈਂ ਬਾਹਰ ਵੱਲੇ ਨਹੀਂ ਮੈਂ ਵੇਖਿਆ। ਜਿੱਥੇ ਕੰਮ ਕਰਦੇ ਹੋ ਤੁਹਾਡੀ ਆਪਣੀ ਡੇਅਰੀ ਹੈ ਕਿ ਕਿਸੇ ਦੀ ਹੈ? ਨਹੀਂ ਅਸੀਂ ਲੱਗੇ ਹੋਏ ਆ ਜੀ ਉਹਨਾਂ ਕੋਲੇ। ਕੀ ਨਾਮ ਹੈ? ਉਹਨਾਂ ਦਾ ਸੋਨੂ ਚੋਪੜਾ ਹੈ ਜੀ। ਡੇਅਰੀ ਦਾ ਨਾਮ ਕੀ ਹੈ? ਡੇਅਰੀ ਦਾ ਨਾਮ ਗੁਰੂ ਕਿਰਪਾ ਡੇਅਰੀ ਹੈ ਜੀ। ਇਹ ਟੈਂਕ ਵਾਲੀ ਬਸਤੀ ਹੈ 9 ਨੰਬਰ ਗਲੀ ਦੇ ਕੋਲੇ ਮੰਦਰ ਵਾਲੀ ਗਲੀ। ਤੁਹਾਡੇ ਸਿਰ ਦੇ ਸੱਟ ਜਿਹੜੀ ਲੱਗੀ ਉਹਦਾ ਕੀ ਟਾਂਕੇ ਲੱਗੇ ਕੀ ਹੋਇਆ? ਟਾਂਕੇ ਲੱਗੇ ਨੇ ਭਾਜੀ। ਪੇਸ਼ੈਂਟ ਤੁਹਾਡੇ ਕੋਲ ਆਇਆ ਰਮਨ ਰਾਤ, ਉਹ ਕੀ ਪੂਰਾ ਮਾਮਲਾ ਜੀ? ਰਾਤ ਨੂੰ ਪੇਸ਼ੈਂਟ ਆਇਆ ਸੀ, ਇੱਕ ਲੁੱਟਖੋ ਦਾ ਮਾਮਲਾ ਸੀਗਾ ਉਹਨਾਂ ਦਾ। ਉਹ ਦੁਕਾਨ ਤੇ ਬਸਤੀ ਟੈਂਕਾਂ ਵਾਲੀ ਦੇ ਵਿੱਚ ਇੱਕ ਦੁਕਾਨ ਹੈ, ਸ਼ਾਪ ਨੰਬਰ 9 ਹੈ ਸ਼ਾਇਦ। ਉੱਥੇ ਗਨ ਪੁਆਇੰਟ ਤੇ ਕੋਈ ਆਇਆ ਸੀਗਾ ਲੁੱਟਖੋ ਕਰਨ ਵਾਸਤੇ ਤੇ ਉਹਨਾਂ ਨੇ ਉੱਥੇ ਇੰਪਲੋਈ ਸੀਗਾ ਇੱਕ ਉਹਨਾਂ ਦਾ, ਉਹਦਾ ਨਾਮ ਹੈ ਰਮਨ, ਤੇ ਉਹਦੇ ਇੰਪਲੋਈ ਦੇ ਸਿਰ ਦੇ ਉੱਤੇ ਸੱਟ ਲੱਗੀ ਹੈ ਕਾਫੀ, ਤੇ ਉਹ ਰਾਤ ਨੂੰ ਆਏ ਸੀਗੇ ਐਮਐਲਸੀ ਵਾਸਤੇ। ਦੱਸੋ ਕਿੰਨੇ ਸਟਿਚਸ ਵਗੈਰਾ ਲੱਗੇ ਹੁੰਦੇ ਉਹਨਾਂ ਦੇ? 3 ਸਟਿਚਸ ਲੱਗੇ ਆ, 4 ਸੈਂਟੀਮੀਟਰ ਦਾ ਵੂਨ ਸੀਗਾ ਉਹਨਾਂ ਦੇ। ਫਿਲਹਾਲ ਵੈਸੇ ਉਹਨਾਂ ਨੂੰ ਕੋਈ ਚੱਕਰ ਜਾਂ ਕੁਛ ਸਿਰ ਦੀ ਸੱਟ ਵਾਲੇ ਕੋਈ ਸਿਮਟਮ ਨਹੀਂ ਹੈਗੇ, ਬਾਕੀ ਸਰਜਨ ਆ ਕੇ ਵੇਖ ਲੈਣਗੇ। ਕੱਲ ਬਸਤੀ ਟੈਂਗਾ ਵਾਲੇ ਵਿੱਚ ਲੜਾਈ ਹੋਈ ਹੈ ਸਰ, ਕੀ ਮਾਮਲਾ ਸੀਗਾ? ਸਾਡੇ ਕੋਲ 9 ਵਜੇ ਗੁਰੂ ਕਿਰਪਾ ਡੇਅਰੀ ਆ, ਉੱਥੇ ਕੋਈ 2-3 ਬੰਦੇ ਵਰਨਾਕਾਰ 'ਤੇ ਆਏ ਨੇ ਅਤੇ ਉੱਥੇ ਉਹਨਾਂ ਨਾਲ ਕਦੇ ਲੜਾਈ ਝਗੜਾਇਆ, ਉਹਦੇ ਸਿਰ ਵਿੱਚ ਸੱਟ ਵੱਜੀ ਆ। ਨੌਕਰ ਦੇ ਗੁਰੂ ਕਿਰਪਾ ਮਾਲਕ ਤਾਂ ਹੈ ਨਹੀਂ ਦੁਕਾਨ 'ਤੇ, ਨੌਕਰ ਦੇ ਸਿਰ ਵਿੱਚ ਸੱਟ ਵੱਜੀ ਆ, ਉਹ ਦਾਖਲ ਹੋ ਗਿਆ ਸਿਵਲ ਹਸਪਤਾਲ, ਉਹਦੇ ਬਿਆਨ ਲਏ ਜਾ ਰਹੇ ਨੇ, ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊ। ਅਤੇ ਸਰ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਦੁਕਾਨ ਦੇ ਮਾਲਕ ਅਤੇ ਨੌਕਰ ਵੱਲੋਂ ਕਿ ਲੁੱਟ ਖੋਹ ਹੋਈ ਹੈ? ਕੋਈ ਲੁੱਟ ਖੋਹ ਨਹੀਂ ਹੋਈ, ਉਹਨਾਂ ਦਾ ਜਿਹੜਾ ਗੱਲਾ ਉਹ ਜ਼ਰੂਰ ਖਿਲਾਰਿਆ, ਉਹਨੇ ਪੈਸੇ ਪੂਏ ਖਿਲਰ ਗਏ ਇਹਨਾਂ ਦੇ, ਇਹੋ ਜਿਹੇ ਜੋ ਇਹਨਾਂ ਸਾਡੇ ਕੋਲ ਬਿਆਨ ਲਿਖਾਏ ਆ। ਲੁੱਟ ਕੋਲੀ ਕੋਈ ਗੱਲ ਨਹੀਂ ਹੋਈ। ਕੋਈ ਬੰਦੇ ਫੜੇ ਗਏ ਜੀ? ਨਹੀਂ, ਬੰਦੇ ਨਹੀਂ ਫੜੇ, ਅਸੀਂ ਤਸਦੀਕ ਕਰ ਰਹੇ ਹਾਂ। ਗੱਡੀ ਦਾ ਨੰਬਰ ਸਾਡੇ ਕੋਲ ਹੈਗਾ, ਹਰਿਆਣਾ ਨੰਬਰ ਗੱਡੀ ਹੈ, ਅਸੀਂ ਤਸਦੀਕ ਕਰ ਰਹੇ ਹਾਂ। ਅਸੀਂ ਸਰਚ ਕੀਤਾ ਵਾਹਨ ਐਪ ਤੋਂ, ਉਹ ਜਿਹੜਾ ਉੱਥੋਂ ਇਹਨਾਂ ਦਾ NOC ਉੱਥੋਂ ਮਿਲ ਚੁੱਕਿਆ, ਹਰਿਆਣੇ 'ਚੋਂ ਗੁੜਗਾਵਾਂ ਤੋਂ, ਗੁਰੂਗ੍ਰਾਮ ਤੋਂ, ਗੁੜਗਾਵਾਂ ਤੋਂ ਇਹਨਾਂ ਨੂੰ NOC ਮਿਲ ਚੁੱਕਿਆ। ਹੋ ਸਕਦਾ ਪੰਜਾਬ ਦੇ ਬੰਦੇ ਨੇ ਖਰੀਦੀ ਹੋਵੇ ਗੱਡੀ, ਪਤਾ ਕਰਕੇ ਅਸੀਂ ਉਹਦੇ ਮਾਲਕਾਂ ਨੂੰ ਫੜ ਕੇ ਨਾਮਜ਼ਦ ਕਰਕੇ ਗ੍ਰਿਫਤਾਰ ਕਰਾਂਗੇ। ਮੇਰਾ ਨਾਮ ਸੋਨੂ ਚੋਪੜਾ ਜੀ। ਇਹ ਜਿਹੜੀ ਰਾਤ ਵਾਕਿਆ ਹੋਇਆ ਲੜਾਈ ਦਾ, ਕੀ ਪੂਰਾ ਮਾਮਲਾ ਹੈ? ਸਰ ਇਸ ਤਰ੍ਹਾਂ ਜੀ, ਰਾਤ 9:40-9:45 ਦੇ ਨਾ 3 ਲੜਕੇ ਆਏ ਆ ਜੀ ਮੇਰੀ ਸ਼ੋਪ 'ਤੇ। ਮੇਰੇ 2 ਇੰਪਲਾਈਜ਼ ਸੀਗੇ, ਇੱਕ ਇੰਪਲਾਈਜ਼ ਮੇਰਾ ਆਪਣਾ ਦੁੱਧ ਪਾ ਰਿਹਾ ਸੀ ਜੀ, ਅਤੇ ਇੱਕ ਇੰਪਲਾਈਜ਼ ਮੇਰਾ ਬਾਹਰ ਰੋਡ 'ਤੇ ਆਪਣੇ ਦੁੱਧ ਦੀਆਂ ਕੈਨੀਆਂ ਉਤਾਰ ਰਿਹਾ ਸੀਗਾ। 3 ਲੜਕੇ ਆਏ ਆ ਜੀ,
उन्होंने आंदे ही ना जी मेरे जो दुध पा रहे थे इंपलाई से उन्होंने मारना कुटना शुरू करता। दूसरे इंपलाई से पूछा भाई साहब की गल है क्यों उन्होंने मार रहे हो, उन्होंने कोई चीज़ सी उन्होंने उन्होंने सिर च मारती, उस तो बाद वो गिर गया तो मार्केट वाले कट्ठे होकर रौला पै गया। तो जो मैं फोन आया भी थोड़े दुकान से इस तरह गल हो गई है, जो मैं आया तो उन्होंने सिर पर सट वजी सी जमीन तो गिरया पाया और जोड़ा मेरा पैसों वाला गला जमीन पर गिरया तो मेरी नियर अबाउट शाम 3500-4000 रुपया प्रोक्सी सेल होंगी है तो वह पैसे उन्हें गले च है नहीं तो मार्केट वाला राशि उदा जी पुलिस को फोन किया तो मौके पर पुलिस आई तो मैं उन्होंने हॉस्पिटल लै गया जी। बस सर ये दस दे 3 लोग सके यार मेरा इंपलाइज है बेटा तेरा ए मौके पर असू तेन भी मारिया उन्होंने किन्ने बंदे से बेटा तीन जी ते ओ कहंदे ढाबे वाले दे कोल आए सीगे ते ओ कहंदे चाचा वी तेनू कोई बंदा होता तंग करदा ओखा सोखा बोलदा दस खैर करने जे आ ते मैनू कहंदा तू इधर की वेखना ते मेरे ते गलों फाड़ के चपेट मारी मेरे फिर इधर आ गए फिर मैनू फिर डै पे ते फिर उस तो बाद मेरे बंदे ने चढ़ाया ते ओनू पता नहीं की चीज च आए सट सुट फेट मारती उन्दे सिर फाड़ता बंदे दा। जिस तुहाडे एम्प्लॉई नू सट वजे दा नाम की है? उन्दा नाम रमन कुमार है जी। वाइट रंग ब्लैक नंबर नोट किया जी वरना कार आए थे 3 बंदे प्रशासन तो यही मांग कर रहे जी असि दुकानदार बंदे जी अपनी मजदूरी करके रोटी खाने वाले बंदे असि हम देखो दुकान है जी 10:30 ही बज जाते 11 भी बज जाते हैं 9:30 मार्केट खुली है जी तो असं दसो ये तो किमें कारोबार करा जी इस तरह की चोरिया होनगियाँ लोग आके लुट के ले जाएंगे फिर असं किमें दुकानदारी करा जी फिर अभी बै घर बह जाने जी अपना काम कार बंद करके अक्सर रात 10-11 तो मामूली गल है जी मतलब कि बच जाते हैं। पुलिस आए जी एस एच ओ साहब आए थे कैंट के वो कह रहे थे कोई गल नहीं असं कर रहे हैं जी तुम भी सहयोग दो साडा मतलब कि नाल कहते अं अपनी इनवैसटीगेशन कर रहे हैं जी। हाँ जी पुलिस आई सी जी। हाँ जी